ਫਰਮਾਇਆ ਤੇਰੇ ਰੱਬ ਨੇ ਫੈਸਲਾ ਫਰਮਾਇਆ ਏ ਇਬਾਦਤ ਇਬਾਦਤ ਸਿਰਫ ਉਸੇ ਕੱਲੇ ਅੱਲਾਹ ਦੀ, ਅੱਲਾਹ ਦੇ ਇਲਾਵਾ ਕਿਸੇ ਹੋਰ ਦੀ ਇਬਾਦਤ ਨਹੀਂ ਕਰਨੀ। ਨਾਲ ਹੀ ਫਰਮਾਇਆ ਵਾ ਬਿਲ ਵਾਲੀ ਦਈਨੀ ਇਹਸਾਨਾ, ਔਰ ਵਾਲਦੈਨ ਨਾਲ ਚੰਗਾ ਸਲੂਕ ਕਰਨਾ ਏ। ਉਹ ਕਿਵੇਂ? ਜਿਹੜੀ ਜਿਹੜੀ ਚੀਜ਼ ਖਾਣ ਪੀਣ ਪਹਿਨਣ ਵਾਸਤੇ ਆਪਣੇ ਬੀਵੀ ਬੱਚਿਆਂ ਵਾਸਤੇ ਪਸੰਦ ਕਰਨਾ ਏ, ਉਹ ਗੋ ਉਹ ਗੋ ਆਪਣੇ ਅੱਬੇ ਅੰਮੀ ਦੀ ਖਾਤਰ ਪਸੰਦ ਕੀਤਾ ਕਰ। ਇਹ ਮਾਨਾ ਉਹ ਬਿਲ ਵਾਲਿਦੈਨੀ ਇਹਸਾਨਾ। ਅੱਗੇ ਫਰਮਾਇਆ ਇੰਮਾ ਯਬਲੂਗਨ ਕਲ ਕੀ ਬਾਰਾ ਅਦੁਹੁਮਾ ਓ ਕਿਲਾਹੁਮਾ ਫਲਾ ਤਕੁਲ ਲਹੁਮਾ ਉਫ਼ ਵਲਾ ਤਨਹਰਹੁਮਾ। ਦੋਵਾਂ ਵਿੱਚੋਂ ਇੱਕ ਜਾਂ ਦੋਵੇਂ ਬੁਢਾਪੇ ਨੂੰ ਪਹੁੰਚ ਜਾਣ, ਉਹਨਾਂ ਨੂੰ ਉਹ ਤੱਕ ਨਹੀਂ ਆਖਣਾ, ਛਿੜਕਾਂ ਨਹੀਂ ਮਾਰਨੀਆਂ। ਕਿਧਰੇ ਜਿੰਨਾ ਹੋਵੇ ਪੂਰੇ ਵਾਲਦੈਨ ਨੂੰ ਛਿੜਕਾਂ ਮਾਰੇ। ਉਹ ਬੇਬਸੀ ਦੀ ਤਸਵੀਰ ਬਣਦੇ ਹੋਏ ਆਸਮਾਨਾਂ ਵਾਲੇ ਰੱਬ ਦੇ ਸਾਹਮਣੇ ਫਰਿਆਦ ਨਾ ਲਾ ਦੇਣ, ਯਾਦ ਰੱਖੀ ਤੇਰੇ ਕੋਲ ਸੱਤੇ ਹੋਏ ਤੇਰੇ ਵਾਲਦੈਨ ਨੇ ਕੂਕ ਲਾ ਛੱਡੀ, ਤੈਨੂੰ ਇਹ ਤੋਏ ਹੋਣੀ ਸ਼ੁਰੂ ਹੋ ਜਾਏਗੀ। ਮੰਗਣ ਨਿਕਲੇਗਾ ਤੇ ਮੰਗਦੇ ਨੂੰ ਖੈਰ ਨਹੀਂ ਪੈਣੀ। ਵਾਲਦੈਨ ਨੂੰ ਨਾ ਸਦਾਵੀ। ਇਸੇ ਵਾਸਤੇ ਇਸ ਐਤ ਦਾ ਤਰਜਮਾ ਮੈਂ ਜੋੜ ਹੀ ਜੋੜ ਰਿਹਾ ਸਾਂ। ਮੈਂ ਕਿਹਾ ਕਦਮਾਂ ਹੇਠੋਂ ਜੰਨਤ ਲੱਭਦੀ, ਮਾਂ ਨੂੰ ਛਿੜਕੇ ਗੱਲ ਨਹੀਂ ਉਹ ਫੱਬਦੀ। ਸਿੱਧੇ ਸਿੱਧੇ ਜੁਮਲੇ ਐਵੇਂ ਜੋੜ, ਮੈਂ ਸ਼ਾਇਰ ਨਹੀਂ ਨਾ। ਹਾਂਜੀ, ਕਦਮਾਂ ਹੇਠੋਂ ਜੰਨਤ ਲੱਭਦੀ, ਮਾਂ ਨੂੰ ਛਿੜਕੇ ਗੱਲ ਨਹੀਂ ਉਹ ਫੱਬਦੀ। ਦਿਲ ਦੀਆਂ ਅੱਖੀਆਂ ਨਾਲ ਜੇ ਵੇਖੇ ਜੰਨਤ ਦਿਸੇ ਮਾਂ ਵਿੱਚੋਂ ਰੱਬ ਦੀ। ਕਿਹੜੀਏ ਗਮਖਾਰੋ ਬੰਦਿਆ ਦੁਨੀਆ ਤੇ, ਕਰ ਖਿਦਮਤ ਰੱਜ ਰੱਜ ਮਾਪਿਆਂ ਦੀ, ਫਿਰ ਲੱਭਣੀ ਨਹੀਂ ਉਹ ਬਾਹਰੋ ਬੰਦਿਆ ਦੁਨੀਆ ਤੇ, ਕਰ ਮੇਰੇ ਤੇ ਇਤਬਾਰ, ਤੈਨੂੰ ਆਖਾਂ ਲੱਖ ਲੱਖ ਵਾਰੋ ਬੰਦਿਆ ਦੁਨੀਆ ਤੇ। ਮਾਂ ਤੇਰੀ ਨੇ ਕੋਲ ਸਵਾਇਆ, ਚੁੱਕ ਚੁੱਕ ਸੀਨੇ ਉੱਤੇ ਪਾਇਆ, ਕਿਹੜਾ ਕੀਤਾ ਮਾਂ ਨੇ ਪਿਆਰ ਬੰਦਿਆ ਦੁਨੀਆ ਤੇ। ਮਾਵਾਂ ਜੰਨਤ ਵਾਲੀਆਂ ਛਾਵਾਂ ਦੇਂਦੀਆਂ ਸ਼ਾਮ ਸਵੇਰ ਦੁਆਵਾਂ, ਪੁੱਤਰ ਭਾਵੇਂ ਸਾਰੀ ਰਾਤ ਗੰਦੀਆਂ ਫਿਲਮਾਂ ਵੇਖਦਾ, ਕੰਜਰੀਆਂ ਦੇ ਗੰਦੀਆਂ ਗੁਲੂਕਾਰਾਂ ਦੇ ਗਾਣੇ ਸੁਣਦਾ ਆਵੇ, ਡਾਂਸਰਾਂ ਦੇ ਨਚਾਰ ਵੇਖਦਾ ਆਵੇ, ਮਾਂ ਐਤਲ ਕੁਰਸੀ ਪੜਦਿਆਂ ਹੋਇਆਂ ਦਰਵਾਜ਼ੇ ਨਾਲ ਲੱਗੀ ਹੋਈ ਰਾਤ ਗੁਜ਼ਾਰ ਰਹੀ ਏ। ਰਾਤ ਦੇ 2-2:30 ਵਜੇ ਬੇਟੇ ਦਾ ਖੰਗੂਰਾ ਵਜੇ ਏ, ਝੱਟ ਕੁੰਡੀ ਖੋਲ ਕੇ ਸੀਨੇ ਨਾਲ ਚਿਮਟਾ ਲੈਂਦੀ ਏ, ਰੋ ਕੇ ਕਹਿੰਦੀ ਮੇਰੇ ਵੀਰ, ਮੇਰੇ ਲੱਡੂ, ਮੇਰੇ ਚੰਨ, ਮੈਨੂੰ ਪਰੇਸ਼ਾਨ ਨਾ ਕਰਿਆ ਕਰ। ਅਗਰ ਨਜ਼ਰ ਨਾ ਵੇ ਤੇ ਮਾਂ ਦੀਆਂ ਆਂਦਰਾਂ ਕਲਪਦੀਆਂ ਰਹਿੰਦੀਆਂ ਨੇ, ਮਾਂ ਨੂੰ ਨੀਂਦਰਾਂ ਨਹੀਂ ਪੈਂਦੀਆਂ। ਸੋਹਣਿਆ ਮੈਨੂੰ ਸਤਾਇਆ ਨਾ ਕਰ, ਜਲਦੀ ਘਰ ਆ ਜਾਇਆ ਕਰ। ਅੱਲਾਹੁ ਅਕਬਰ। ਮਾਵਾਂ ਜੰਨਤ ਵਾਲੀਆਂ ਛਾਵਾਂ ਦਿੰਦੀਆਂ ਸ਼ਾਮ ਸਵੇਰ ਦੁਆਵਾਂ, ਪੁੱਤ ਬਚਾ ਲੈ ਰੱਬਾ ਮੇਰਾ, ਮੈਨੂੰ ਦੇ ਤੂੰ ਮਾਰ ਬੰਦਿਆ ਦੁਨੀਆ ਤੇ। ਤੈਨੂੰ ਠੁੱਡਾ ਲੱਗੇ ਤੇ ਮਾਂ ਕਹਿੰਦੀ ਆਏ ਮਾਂ ਮਰ ਜਾਵੇ, ਤੇਰੀ ਮੁਹੱਬਤ ਅੰਦਰ ਆਪਣੇ ਆਪ ਨੂੰ ਹੀ ਮਾਰੀ ਜਾਂਦੀ ਹੈ। ਇਹ ਮਾਂ ਦਾਅਵੇ ਨਹੀਂ ਕਰਦੀ। ਲੋਕ ਆਪਣੇ ਦੋਸਤ ਬੇਲੀ ਆਪਣੇ ਬੇਲੀਆਂ ਵਾਸਤੇ ਵਾਅਦੇ ਕਰਦੇ ਨੇ, ਦਾਅਵੇ ਕਰਦੇ ਨੇ, ਕਹਿੰਦੇ ਨੇ ਉਹ ਇੱਕ ਮਿਸ ਕਾਲ ਮਾਰੇ ਕਲਾਸ਼ਨਾਂ ਦੀ ਛਾਂ ਕਰ ਦਿਆਂਗੇ। ਇਸੇ ਬੇਲੀ ਨੂੰ ਜਿਹੜਾ ਐਡੇ ਵੱਡੇ ਦਾਅਵੇ ਕਰਦਾ ਪਿਆ, ਜਿਹਦੀ ਖਾਤਰ ਦਾਅਵੇ ਹੋ ਰਹੇ ਨੇ, ਇਹਨੂੰ 500 ਤੇ 1000 ਦੀ ਲੋੜ ਪੈ ਜਾਵੇ। ਇੰਨੀ ਕੁ ਲੋੜ ਪੈ ਜਾਵੇ ਨਾ, ਜਿਹੜਾ 1000 ਰੁਪਇਆ 50 ਰੁਪਇਆ ਚੱਲਦਾ ਪਿਆ ਅੱਜ ਕੱਲ੍ਹ, ਉਹ ਬੁਸੇ ਬੁੱਕਤ ਹੀ ਕੋਈ ਨਹੀਂ। ਮੈਂ ਕਿਸੇ ਨੂੰ 1000 ਰੁਪਇਆ ਦਾ ਨੋਟ ਦੇਵਾਂ, ਮੈਂ 1000 ਹੀ ਸਮਝਾਂਗਾ। ਹਾਂਜੀ, ਜਿਹਦੇ ਕੋਲ ਪਹੁੰਚੇਗਾ 50 ਰੁਪਇਆ ਰਹਿ ਜਾਏਗਾ, ਉਹਦੇ ਕੋਲ ਨਹੀਂ 1000 ਪਹੁੰਚਦਾ, ਹੋਣਾ ਹੀ ਨਹੀਂ, ਵਿੱਚੋਂ ਨਿਕਲਣਾ ਹੀ ਨਹੀਂ। ਪਰ ਕਹਵੇ ਸਾਰਿਆਂ ਦਾ ਹੀ ਸਾਡਾ ਹਿਸਾਬ ਹੈ, ਮੈਂ ਤੁਹਾਡੀ ਗੱਲ ਨਹੀਂ ਕਰਦਾ। ਤੋ ਪਰ ਕਹਿ ਇੰਨੀ ਕੁ ਲੋੜ ਪੈ ਜਾਵੇ ਨਾ, ਅੱਗੋਂ ਬਣਾ ਸਵਾਰ ਕੇ ਕਹਿੰਦਾ ਇਹ ਨਹੀਂ ਹੋਣਾ, ਉਵੇਂ ਜਾਨ ਆ ਜਾਵੇ। ਇਹ ਮਦਾਰੀ ਪਰਲੇ ਦਰਜੇ ਦਾ ਬਹਿਰੂਪੀਆ ਹੈ, ਅੰਦਰ ਦਾ ਮੁਨਾਫਕ ਦਾਅਵੇ ਲਈ ਫਿਰਦਾ। ਮਾਂ ਦਾਅਵੇ ਨਹੀਂ ਕਰਦੀ, ਪੁੱਤਰ ਦੀ ਥਾਂ ਤੇ ਦਲੀਲ ਬਣ ਕੇ ਮਰ ਕੇ ਵਿਖਾ ਦਿੰਦੀ। ਅੱਲਾਹ ਅਕਬਰ। ਅੱਲਾਹ
ਇਸੇ ਵਾਸਤੇ ਤੇ ਅਰਦਾ ਲਾਈਆਂ ਮਾਵਾਂ ਜੰਨਤ ਵਾਲੀਆਂ ਛਾਵਾਂ ਦਿੰਦੀਆਂ ਸ਼ਾਮ ਸਵੇਰ ਦੁਆਵਾਂ ਪੁੱਤ ਬਚਾ ਲੈ ਰੱਬ ਮੇਰਾ ਮੈਨੂੰ ਦੇ ਤੂੰ ਮਾਂ ਰੱਬ ਦਿਆ ਦੁਨੀਆਂ ਤੇ ਕਰ ਖਿਦਮਤ ਰੱਜ ਰੱਜ ਮਾਵਾਂ ਦੀ ਲੱਭਣੀ ਨਹੀਂ ਉਹ ਬਾਹਰੋਂ ਬੰਦਿਆ ਦੁਨੀਆਂ ਤੇ ਕਰ ਮੇਰੇ ਤੇ ਇਤਬਾਰ ਤੈਨੂੰ ਅੱਖਾਂ ਲੱਖ ਲੱਖ ਵਾਰ ਉਹ ਬੰਦਿਆ ਦੁਨੀਆਂ ਤੇ।